ਦੀ ਗੱਲ ਹੁੰਦੀ ਏ, ਵਕਤ ਦੀ ਤੋਰ ਹੁੰਦੀ ਏ, ਮੁੜ ਕੇ ਹੱਥ ਨਹੀਂ ਆਉਂਦੀ, ਵਕਤ ਦੀ ਡੋਰ ਹੁੰਦੀ ਏ। ਆਪਣੇ ਸਮੇਂ ਵਿੱਚ ਪੰਜਾਬੀ ਲੋਕ ਗਾਇਕੀ ਵਿੱਚ ਕਈ ਪੁਲਾਂਘਾ ਪੁੱਟਣ ਵਾਲੀ ਇਹ ਆਵਾਜ਼ ਅੱਜ ਸਦਾ ਦੇ ਲਈ ਖਾਮੋਸ਼ ਹੋ ਗਈ। ਕਈ ਦਿਲਾਂ ਦੀ ਧੜਕਣ ਅਤੇ ਪੰਜਾਬੀ ਗਾਇਕੀ ਦੇ ਮਹਾਨ ਸਿਤਾਰੇ ਕਰਨੈਲ ਸਿੰਘ ਗਿੱਲ ਦੀ ਮੌਤ ਦੇ ਨਾਲ ਹੀ ਪੰਜਾਬੀ ਗਾਇਕੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ। ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਪੀੜਿਤ ਕਰਨੈਲ ਸਿੰਘ ਗਿੱਲ ਸੁਨਹਿਰੀ ਯਾਦਾਂ ਅਤੇ ਆਪਣੀ ਮਿੱਠੀ ਆਵਾਜ਼ ਵਿੱਚ ਗਾਏ ਗੀਤਾਂ ਦੀਆਂ ਯਾਦਾਂ ਨੂੰ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। 13 ਫਰਵਰੀ 1942 ਵਿੱਚ ਪਾਕਿਸਤਾਨ ਦੇ ਲਾਇਲਪੁਰ ਸਥਿਤ ਪਿੰਡ ਗੁਰੂਸਰ ਵਿੱਚ ਜਨਮੇ ਕਰਨੈਲ ਸਿੰਘ ਨੇ 1947 ਤੋਂ ਬਾਅਦ ਭਾਰਤ ਆ ਕੇ ਆਪਣੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਸੀ ਅਤੇ ਗਾਇਕੀ ਦੇ ਵਿੱਚ ਅਜਿਹੀਆਂ ਪੁਲਾਂਘਾਂ ਪੁੱਟੀਆਂ ਕਿ ਉਹਨਾਂ ਵੱਲੋਂ ਗਾਇਕੀ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਗਏ। ਕਰਨੈਲ ਸਿੰਘ ਨੇ ਆਪਣੇ ਪਿੰਡ ਜਮਾਲਪੁਰ ਆਵਾਨਾ ਚ ਆਖਰੀ ਸਾਹ ਲਿਆ। ਉਹਨਾਂ ਦੀ ਮੌਤ ਤੇ ਪੰਜਾਬੀ ਸਾਹਿਤ, ਸੰਗੀਤ ਅਤੇ ਸਮਾਜਿਕ ਜਗਤ ਦੀਆਂ ਕਈ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਰਨੈਲ ਗਿੱਲ ਸੁਰਾਂ ਦਾ ਸੁਧਾਕਰ ਸੀ। ਉਹ ਜੱਟ ਸੀ, ਮਚਲਾ ਨਹੀਂ ਸੀ। ਸ਼ਾਸਤਰੀ ਸੰਗੀਤ ਜਸਵੰਤ ਭਮਰੇ ਕੋਲੋਂ, ਲੋਕ ਸੰਗੀਤ ਉਹਨੇ ਆਪਣੇ ਪਿੰਡ ਦੇ ਹਰਚਰਨ ਗਰੇਵਾਲ ਕੋਲੋਂ ਸਿੱਖੇ। ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸੁਰਿੰਦਰ ਕੌਰ, ਨਰਿੰਦਰ ਬੀਬਾ, ਰਣਜੀਤ ਕੌਰ, ਮੋਹਣੀ ਨਰੂਲਾ, ਪਰਮਿੰਦਰ ਸੰਧੂ, ਰਾਖੀ ਹੁੰਦਲ ਅਤੇ ਹੋਰ ਅਨੇਕਾਂ ਕਲਾਕਾਰਾਂ ਦੇ ਨਾਲ ਗਾ ਕੇ ਉਹਨੇ ਸੰਸਾਰ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਵੱਡੇ ਭਰਾਵਾਂ ਵਾਂਗ ਹਮੇਸ਼ਾ ਉਸਨੇ ਚੰਗੇ ਸ਼ਬਦ ਦੀ ਉਸਤਤ ਕਰਨੀ, ਜੇ ਕਿਤੇ ਚੰਗੀ ਚੀਜ਼ ਪੜ੍ਹ ਲੈਣੀ ਤਾਂ ਉਸਦਾ ਜ਼ਿਕਰ ਕਰਨਾ। ਔਰ ਮੇਰਾ ਖਿਆਲ ਹੈ ਕਿ ਪੰਜਾਬੀ ਗਾਇਕੀ 'ਚ ਹੁਣ ਤਾਂ ਚਲੋ ਮੁੰਡੇ ਕਾਫੀ ਪੜ੍ਹੇ ਲਿਖੇ ਆ ਗਏ, ਜਦੋਂ ਗ੍ਰੈਜੂਏਟ ਗਾਇਕ ਸੀ ਸਾਡਾ ਉਹਨਾਂ ਵਕਤਾਂ ਦਾ, ਜਦੋਂ ਹਰਚਰਨ ਗਰੇਵਾਲ ਹੋਰੀ ਵੀ ਪੜ੍ਹੇ ਲਿਖੇ ਸੀ, ਉਹਨਾਂ ਰਵਾਇਤ ਸ਼ੁਰੂ ਕੀਤੀ ਚੰਗੇ ਗੀਤਾਂ ਦੀ, ਭੰਵਰਾ ਸਭ ਕੁਛ ਗਿਰਦੀ ਕਰਕੇ। ਔਰ ਉਦੋਂ ਉਹਨਾਂ ਨੇ ਹਾਰਮੋਨੀਅਮ ਆਪ ਪਲੇ ਕਰਕੇ ਜਦੋਂ ਗਾਉਂਦੇ ਹੁੰਦੇ ਸੀ ਤਾਂ ਕਈ ਵਾਰ ਅਸੀਂ ਕਹਿਣਾ, ਭਾਅ ਜੀ ਕਰਨੈਲ ਤੁਸੀਂ ਜਿੰਨਾ ਸੋਹਣਾ ਲਾਪ ਲੈਂਦੇ ਹੋ ਉਦੋਂ ਤੁਹਾਡੇ ਜੇ ਹੱਥ ਉੱਪਰ ਨੂੰ ਜਾਣ ਤਾਂ ਸਾਨੂੰ ਹੋਰ ਵੀ ਸੋਹਣਾ ਲੱਗੇ। ਉਹਨਾਂ ਆਖਣਾ ਨਹੀਂ, ਮੈਂ ਜਿਸ ਅੰਦਾਜ਼, ਜਿਸ ਕਿਸਮ ਦੀ ਸਿਖਲਾਈ ਹਾਸਲ ਕੀਤੀ ਹੈ ਨਾ, ਉਸ ਦੇ ਵਿੱਚ ਹਾਰਮੋਨੀਅਮ ਦਾ ਆਧਾਰ ਜਿਹੜਾ ਉਹ ਮੇਰੇ ਵਾਸਤੇ ਬਹੁਤ ਜ਼ਰੂਰੀ ਹੈ। ਕਰਨੈਲ ਸਿੰਘ ਗਿੱਲ ਨੇ ਆਪਣੀ ਗਾਇਕੀ ਦੇ ਸਫ਼ਰ ਦੌਰਾਨ ਪੰਜਾਬ ਦੀ ਕੋਇਲ ਕਹੀ ਜਾਣ ਵਾਲੀ ਸੁਰਿੰਦਰ ਕੌਰ, ਨਰਿੰਦਰ ਬੀਬਾ, ਜਗਮੋਹਨ ਕੌਰ, ਮੋਹਣੀ ਨਰੂਲਾ, ਸਵਰਨਲਤਾ, ਰਣਜੀਤ ਕੌਰ, ਗੁਲਸ਼ਨ ਕੋਮਲ, ਕੁਲਦੀਪ ਕੌਰ, ਪ੍ਰੀਤੀ ਬਾਲਾ ਅਤੇ ਰਾਖੀ ਹੁੰਦਲ ਜਿਹੀਆਂ ਕਈ ਨਾਮਵਾਰ ਗਾਇਕਾਂ ਦੇ ਨਾਲ ਆਪਣੀਆਂ ਕੈਸਟਾਂ ਰਿਕਾਰਡ ਕਰਵਾਈਆਂ। ਉਹਨਾਂ ਨੇ ਨਾਮਵਰ ਲੇਖਕ ਦੇਵ ਤਰੀਕੇ ਵਾਲਾ, ਗੁਰਮੁਖ ਗਿੱਲ, ਬਲਵੀਰ ਲਹਿਰਾ, ਜਸਵੰਤ ਸੰਧੀਲਾ, ਸਤਨਾਮ ਚੰਗਿਆੜਾ, ਗੁਰਦੇਵ ਸਿੰਘ ਮਾਨ, ਇੰਦਰਜੀਤ ਹਸਨਪੁਰੀ ਅਤੇ ਨਾਜ ਗੋਪਾਲਪੁਰੀ ਦੇ ਅਨੇਕਾਂ ਪ੍ਰਸਿੱਧ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਗੱਲਾਂ ਬਾਤਾਂ ਮਾਰਗੀ ਨੀ ਹੱਸ ਕੇ ਸਾਰਗੀ, ਮੇਰੇ ਮਤਲਬ ਦੀ ਤੂੰ ਗੱਲ ਨਾ ਕੋ ਕਰਦੀ, ਮੈਂ ਪੂੰਗਾ ਕਰ ਲਿਆ ਕਰਦਾ ਨੀ, ਲੱਡੂ ਖਾ ਕੇ ਤੁਰਦੀ ਬਾਣੀ, ਹੋਰ ਕਿਹੜਿਆਂ ਕੰਮਾਂ ਨੂੰ ਜੱਟ ਮਾਰਦਾ ਨੀ, ਲੱਡੂ ਖਾ ਕੇ ਤੁਰਦੀ ਬਾਣੀ, ਹੋਰ ਕਿਹੜਿਆਂ ਕੰਮਾਂ ਨੂੰ ਜੱਟ ਮਾਰਦਾ ਨੀ, ਲੱਡੂ ਖਾ ਕੇ ਤੁਰਦੀ ਬਾਣੀ। ਕਰਨੈਲ ਸਿੰਘ ਗਿੱਲ ਨੇ ਭਾਰਤ ਹੀ ਨਹੀਂ ਸਗੋਂ ਅਮੈਰੀਕਾ, ਕੈਨੇਡਾ, ਇੰਗਲੈਂਡ, ਡੈਨਮਾਰਕ ਅਤੇ ਅਨੇਕਾਂ ਵਿਦੇਸ਼ਾਂ ਵਿੱਚ ਵੀ ਆਪਣੀ ਗਾਇਕੀ ਦੀ ਸਦੀਵੀ ਛਾਪ ਛੱਡੀ। ਸਭ ਤੋਂ ਪਹਿਲਾਂ ਉਹਨਾਂ ਨੂੰ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਦੀਦਾਰ ਸਿੰਘ ਸੰਧੂ ਯਾਦਗਾਰੀ ਪੁਰਸਕਾਰ ਦੇ ਨਾਲ ਨਵਾਜ਼ਿਆ ਗਿਆ। ਇਸ ਉਪਰੰਤ ਅਨੇਕਾਂ ਸਾਹਿਤਕ, ਧਾਰਮਿਕ, ਵਿੱਦਿਅਕ ਅਤੇ ਸੱਭਿਆਚਾਰ ਸੰਸਥਾਵਾਂ ਵੱਲੋਂ ਉਹਨਾਂ ਨੂੰ ਅਨੇਕਾਂ ਮਾਨ ਸਨਮਾਨ ਦਿੱਤੇ ਗਏ।
ਸਰਜੂਗਾ ਤੇਰੇ ਬਿਨਾ ਮਾਪਿਆਂ ਨੀ ਮੇਰਿਆਂ ਦਾ ਸਰਜੂਗਾ ਤੇਰੇ ਬਿਨਾ ਮਾਪਿਆਂ ਨੀ ਮੇਰਿਆਂ ਦਾ ਕਰ ਲਊਂਗਾ ਹੀਲਾ ਕੋਈ ਹੋਰ ਕੁੜੀਏ ਕੁਝ ਸੋਚ ਲੈ ਜਵਾਨੀ ਦਾ ਏ ਜ਼ੋਰ ਕੁੜੀਏ ਨੀ ਕੁਝ ਸੋਚ ਲੈ ਜਵਾਨੀ ਦਾ ਏ ਜ਼ੋਰ ਕੁੜੀਏ ਤੇਰਾਂ ਫਰਵਰੀ ਨੂੰ ਲਾਇਲਪੁਰ ਪਾਕਿਸਤਾਨ ਵਿੱਚ ਪਿੰਡ ਗੁਰਸਰ ਵਿਖੇ ਪੈਦਾ ਹੋਏ ਕਰਨੈਲ ਸਿੰਘ ਮੁੜ ਆਪਣੇ ਪਿੰਡ ਜਾਣ ਦੀ ਰੀਝ ਆਪਣੇ ਨਾਲ ਲੈ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਗਏ। ਬੇਸ਼ੱਕ ਅੱਜ ਕਰਨੈਲ ਸਿੰਘ ਗਿੱਲ ਇਸ ਸੰਸਾਰ ਵਿੱਚ ਨਹੀਂ ਰਹੇ, ਪਰ ਉਹ ਹਮੇਸ਼ਾ ਉਹਨਾਂ ਵੱਲੋਂ ਗਾਏ ਗਏ ਸੁੰਦਰ ਅਤੇ ਸੁਰੀਲੇ ਗੀਤਾਂ ਦੇ ਜ਼ਰੀਏ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਜਿਉਂਦੇ ਰਹਿਣਗੇ। ਅੱਜ ਕੈਦ ਕਰਾ ਛੱਡੇ। ਨਿਊਜ਼ ਡੈਸਕ ਤੋਂ ਨੀਲ ਕਮਲ ਦੇ ਨਾਲ ਲੁਧਿਆਣਾ ਤੋਂ ਹਰਦੀਪ ਸਿੰਘ ਚੋਪੜਾ ਲਾਈਵ ਟੂਡੇ। ਕੀਨ ਕੈਦ ਕਰੇ ਬੱਚੇ ਸਰਦਾਰ ਕੁੜੇ।